ਕਹਿੰਦੇ ਸਾਧੂ ਮਹਾਪੁਰਸ਼ਾਂ ਨਾਲ ਨਾ ਕਦੇ ਕੋਈ ਮਸ਼ਕਰੀ ਕਰੀਏ, ਟੀਚਰ ਮਖੌਲ ਕਰੀਏ, ਚੰਗੀ ਗੱਲ ਨਹੀਂ ਹੁੰਦੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆ ਕਲਿਆਣ ਪਿੰਡ ਹੈ ਆਪਣੇ ਨੇੜੇ, ਕਲਿਆਣ ਪਿੰਡ। ਜਦੋਂ ਆਪਾਂ ਨਾਭੇ ਨੂੰ ਜਾਈਏ ਨਾ, ਨਹਿਰ ਟੱਪ ਕੇ ਕਲਿਆਣ ਪਿੰਡ ਆਂਦਾ, ਕਿੱਡਾ ਵੱਡਾ ਗੁਰਦੁਆਰਾ ਸਾਹਿਬ ਹੈ। ਇੱਥੇ ਮਹਾਪੁਰਸ਼ ਹੁੰਦੇ ਸੀ ਸੰਤ ਬਾਬਾ ਕਿਰਪਾਲ ਸਿੰਘ ਜੀ, ਛੰਨਾ ਵਾਲੇ ਮਹਾਪੁਰਸ਼, ਜਿਨ੍ਹਾਂ ਦਾ ਕੱਦ ਐ ਦੇਖਣਾ ਪੈਂਦਾ ਸੀ ਵੀ ਇੰਨਾ ਉੱਚਾ ਕੱਦ ਸੀ ਉਹਨਾਂ ਦਾ। ਜਦੋਂ ਉਹਨਾਂ ਨੂੰ ਵੇਖੀਏ, ਕਹਿੰਦੇ ਪਿੰਡ ਦੇ ਜ਼ਿਮੀਂਦਾਰ ਨੇ ਉਹਨਾਂ ਨੂੰ ਮਖੌਲ ਕਰਤਾ। ਉਹ ਤੁਰੇ ਆ ਰਹੇ, ਕਹਿੰਦੇ ਪਤਾ ਕੀ ਕਿਹਾ, ਕਹਿੰਦੇ ਦੇਖੋ ਸਾਧ ਦਾ ਕਿੱਡਾ ਵੱਡਾ ਢਿੱਡ ਹੈ। ਇਹ ਕਹਿਤਾ ਕਿਤੇ ਉਹਨਾਂ ਨੂੰ। ਉਹ ਤੁਰੇ ਆ ਰਹੇ ਅੱਗੋਂ। ਮਹਾਪੁਰਸ਼ਾਂ ਨੇ ਬਚਨ ਕਰਦਾ, ਕਹਿੰਦੇ ਜੇ ਢਿੱਡਾਂ ਵਾਲੇ ਤੈਨੂੰ ਚੰਗੇ ਨਹੀਂ ਲੱਗਦੇ, ਤੇਰੇ ਘਰ ਨਹੀਂ ਹੋਣਗੇ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਪੁੱਛ ਲਿਓ ਇਤਿਹਾਸ ਉੱਥੇ ਜਾ ਕੇ ਅੱਜ ਵੀ। ਕਹਿੰਦੇ ਉਹਨਾਂ ਦੀ ਕੁੱਲੇ ਖਤਮ ਹੋ ਗਈ, ਅੱਗੇ ਨੂੰ ਵਾਰਸ ਨਹੀਂ ਹੋਇਆ ਕੋਈ। ਕਹਿੰਦੇ ਭਾਈ ਢਿੱਡਾਂ ਵਾਲੇ ਤੈਨੂੰ ਚੰਗੇ ਨਹੀਂ ਲੱਗਦੇ, ਤੇਰੇ ਘਰ 'ਚ ਨਹੀਂ ਹੋਣਗੇ ਭਾਈ। ਹੋਰ ਕੀ ਹੈ ਫਿਰ, ਤਾਂ ਕਿਹਾ। ਤੇ ਗੁਰਮੁਖ ਪਿਆਰਿਓ, ਤਾਂ ਗੁਰਬਾਣੀ ਦੇ ਬਚਨ ਨੇ ਸਾਨੂੰ ਸਮਝਾਣਾ ਕਰਦੇ ਨੇ ਵੀ ਕਦੇ ਮਸਕਰੀ ਨਾ ਕਰੀਏ। ਕਰਦਾ ਕੁੱਲ ਡੋਬਣ ਦੀਆਂ ਰਿਤਾਂ, ਟੀਚਰਾਂ ਕਰਦੇ ਸਾਧੂਆਂ ਨੂੰ। ਕਰਦਾ ਕੁੱਲ ਡੋਬਣ ਦੀਆਂ ਰਿਤਾਂ, ਟੀਚਰਾਂ ਕਰਦੇ ਸਾਧੂਆਂ ਨੂੰ। ਕਰਦਾ ਕੁੱਲ ਡੋਬਣ ਦੀਆਂ ਰਿਤਾਂ, ਕਰਦੇ ਸਾਧੂਆਂ ਨੂੰ। ਕਰਦੇ ਕੁਲ ਡੋਬਣ ਯਾਰੀਤਾ, ਟਿਚਨਾ ਕਰਦੇ ਸਾਧੂਆਂ। ਬੋਲੋ ਭੈਣੋ, ਕੁਲ ਡੋਬਣ ਦੀਆਂ ਹੋ ਟਿਚਨਾ ਕਰਦੇ ਸਾਧੂਆਂ ਨੂੰ। ਕਰਦੇ ਕੁੱਲ ਡੋਬਣ ਦੀਆਂ ਰੀਤਾਂ, ਡੋਬਣ ਦੀਆਂ, ਡੋਬਣ ਦੀਆਂ ਰੀਤਾਂ, ਟਿਚਰਾਂ ਕਰਦੇ ਸਾਧੂਆਂ। ਕਰਦੇ ਕੁੱਲ ਡੋਬਣ ਦੀਆਂ ਰੀਤਾਂ, ਟਿਚਰਾਂ ਕਰਦੇ ਸਾਧੂਆਂ ਨੂੰ। ਕਰਦੇ ਕੁੱਲ ਸਾਧੂਆਂ ਨੂੰ। ਬੋਲੋ ਕੁੱਲ ਡੋਬਣ ਦੀਆਂ, ਉਹ ਟਿਚਨਾ ਕਰਦੇ ਸਾਧੂਆਂ ਨੂੰ। ਪਿਆਰੇ ਜੀ, ਟਿਚਨਾ ਕਰਦੇ ਸਾਧੂਆਂ ਨੂੰ। ਪਿਆਰਿਆ, ਕਰਦਾ ਸਾਧੂਆਂ ਨੂੰ। ਪਿਆਰੇ ਜੀ, ਟਿਚਰਾ ਕਰਦਾ ਸਾਧੂਆਂ ਨੂੰ। ਬੰਦਿਆ, ਟਿਚਰਾ ਕਰਦਾ ਸਾਧੂਆਂ ਨੂੰ। ਪਿਆਰੇ ਜੀ, ਟਿਚਰਾ ਕਰਦਾ ਸਾਧੂਆਂ ਨੂੰ। ਪਿਆਰਿਆ, ਟਿਚਰਾ ਕਰਦਾ ਸਾਧੂਆਂ ਨੂੰ। ਉਹ ਕਰਦਾ ਡੋਬਣ ਦੀਆਂ ਰੀਤਾਂ, ਕਰਦੇ ਸਾਧੂਆਂ ਨੂੰ। ਕਰਦੇ ਕੁੱਲ ਡੋਬਣ ਦੀਆਂ ਰੀਤਾਂ, ਟਿਚਨਾ ਕਰਦੇ ਸਾਧੂਆਂ ਨੂੰ। ਕਰਦੇ ਕੁੱਲ ਡੋਬਣ ਦੀਆਂ ਰੀਤਾਂ, ਟਿਚਨਾ ਕਰਦੇ ਸਾਧੂਆਂ ਨੂੰ। ਬੋਲੋ ਭੈਣੋ, ਡੋਬਣ ਦੀਆਂ ਟਿਚਰਾ, ਹੋ ਟਿਚਰਾ ਕਰਦੇ ਸਾਧੂਆਂ ਨੂੰ। ਕੁੱਲ ਡੋਬਣ ਦੀਆਂ साधुआनो परदे कुल ना बन दिया रीता चला कर दे साधुआनो कुल डोब इचरा कर दे संतन कीती मस्करी कुल डोबण की रीत कहंदे कुल डोबण दीआं रीतां करदा अज भी बथेरे ने।